7-7 उमरे किते ने, 6-6 बकरे करते ने, 2-2 ऊंट कुर्बानी करते ने। मैं एक जलसे च गया रब्बे वल, वह मैनू बंदे ने बांह फड़ के आंदा जी आओ तुहानू शाय विखाव, कोठी नवी बनाई सी मैं, मैनू बूआ खोल के ना आंदा आ लैटरीन मैं लाणा तेरी जिंदगी ते। मैं भी मैनू आ लैटरीन विखाउण लई लिया, कहिंदा नहीं मौलवी जी मैं सिर्फ तद विखाई है 6 लाख रुपया लगा इहदे ते, इटली दे वी इटली बड़ा औखा के कवे इटली च टैला मंगाइया। मैं तेरे कोल रोटी नहीं खानी, कहिंदा नहीं नहीं मौलवी सानू राज ना हो। मैं कहा तेनू चाहिदा सी तू मैनू वह जगह विखाउंदा जिथे जान ਤੇ ਮੈਂ ਘਰ ਚ ਨਿੱਕੀ ਜੀ ਮਸੀਤ ਬਣਾਈ ਤੇ ਸੁਲਤਾਨ ਨਫਲ ਪੜਨ ਤੇ ਤੂੰ ਲੈਟਰੀਨ ਵਿਖਾਉਣ ਚਲ ਗਿਆ। ਕਹਿੰਦਾ ਨਹੀਂ ਮੈਂ ਸਿਰਫ ਵਿਖਾਈ ਸੀ ਵੀ 6 ਲੱਖ ਰੁਪਇਆ ਲੱਗਾ। ਕਿੰਨੇ ਲੱਖ? ਉੱਚੀ ਬੋਲੋ 6 ਲੱਖ। ਮੈਂ ਕਿਹਾ ਚੱਲਿਆ 6 ਲੱਖ ਤੂੰ ਲੈਟਰੀਨ ਤੇ ਲਾਇਆ, ਇਹ ਤੇ ਬੰਦਾ 400 ਦਾ ਫਲੱਸ਼ ਲਿਆਵੇ ਨਾ, ਇਹ ਤੇ ਜ਼ਿਮੀਦਾਰ ਖਾਲ ਤੇ ਵੀ ਪੂਰਾ ਕਰ ਲਈ, ਫਲੱਸ਼ ਲਿਆਉਣ ਦੀ ਵੀ ਲੋੜ ਨਹੀਂ ਹੈ। ਨਹੀਂ ਸੱਚੀ ਗੱਲ, ਅੱਲਾ ਜਾਂਦਾ ਅੱਲਾ ਖਾਲ ਚ ਜਿਹੜਾ ਬੰਦਾ ਹੱਕਦਾ ਨਾ ਨਵੀ ਪਾ ਨੇ ਉੱਥੇ ਲਾਣਤ ਪਾਈ, ਜਿੱਥੋਂ ਪਾਣੀ ਵਗਦਾ ਹੋਵੇ ਉਹਦੇ ਚ ਪਿਸ਼ਾਬ ਨਹੀਂ ਕਰਨਾ। ਹਜ਼ੂਰ ਨੇ ਮਨਾ ਕੀਤਾ ਖਲੋਤੇ ਪਾਣੀ ਚ ਵੀ ਪਿਸ਼ਾਬ ਨਹੀਂ ਕਰਨਾ, ਜਿਹੜਾ ਖਾਲ ਪਾਣੀ ਵਗਦਾ ਹੋਵੇ ਉਹਦੇ ਚ ਵੀ ਪਿਸ਼ਾਬ ਨਹੀਂ ਕਰਨਾ, ਦਰਖਤ ਦੀ ਛਾਂ ਥੱਲੇ ਵੀ ਪਿਸ਼ਾਬ ਨਹੀਂ ਕਰਨਾ। ਹਜ਼ੂਰ ਨੇ ਕਿਹਾ ਹੈ ਮੇਰੇ ਕੋਲੋਂ ਗੱਲਾਂ ਨਹੀਂ ਗਈਆਂ, ਨਵੀ ਪਾਗ ਨੇ ਕਿਹਾ ਰਸਤੇ ਚ ਵੀ ਪਿਸ਼ਾਬ ਨਹੀਂ ਕਰਨਾ। ਸਾਡੇ ਡਰਾਈਵਰ ਏਡੇ ਉਤਰੇ ਨੇ, ਗੱਡੀ ਖੜਾ ਕੇ ਉੱਥੇ ਟਾਇਰ ਨਹੀਂ ਬਹਿ ਜਾਂਦਾ। ਨਹੀਂ ਸੱਚੀ ਗੱਲਾਂ ਨੇ, ਸਾਡਾ ਕਰਤਾਰ ਕਿਸ ਤਰ੍ਹਾਂ ਦਾ ਰਹਿ ਗਿਆ? ਇੰਜ ਦੀਆਂ ਗੱਲਾਂ ਮੌਲਵੀ ਨੇ ਖੇਡ ਕੇ ਕਰਨ ਤੇ ਕਸਮੇ ਦਿਨੇ ਇਸਲਾਮੀ ਮੁਆਸ਼ਰਾ ਬਣ ਜਾਏ, ਮਗਰ ਅਸੀਂ ਤਕਰੀਰ ਕਰਨੀ ਹੁੰਦੀ ਵੀ ਬੱਲੇ ਬੱਲੇ ਮੌਲਵੀ ਨੇ ਅੱਜ ਫੱਟੀਆਂ ਖੇੜੀਆਂ, ਬੰਦਿਆਂ ਵੀ ਜ਼ਬਾਨ ਅੱਲਾ ਅਲੀ ਜਨਾਬ ਜੀ ਵੀ ਬਚਾ ਦਿੱਤੀ ਹੈ। ਐ ਤਕਰੀਰ ਐਸਣੋ ਗੁੱਡ ਚੜ ਕੇ ਬੈਂਕ ਤੋਂ ਸਿੱਧਾ ਕੇ ਬੈਂਕ ਤੋਂ ਖੁਸ਼ ਹੋ। ਬੜੀ ਇਮਾਨ ਵਾਲੀ ਗੱਲ ਮੈਂ ਸਮਝਾਉਣ ਲੱਗਾ ਹੈ। ਮੈਂ ਉਹਨੂੰ ਕਿਹਾ ਤੇਰੀ ਭੈਣ ਦੇ ਘਰ ਤੇ ਛੱਤ ਪਈ ਹੈ? ਕਹਿੰਦਾ ਇੰਟੀਰੀਅਰ ਗਾਰਡਨ ਪੈਣ ਤੇ। ਮੈਂ ਕਿਹਾ ਚੱਲਿਆ 2 ਲੱਖ ਦੀ ਲੈਟਰੀਨ ਬਣਾਉਂਦਾ ਤੇ 4 ਲੱਖ ਉਹਦੀ ਛੱਤ ਤੇ ਲਾ ਕੇ ਉਹਨੂੰ ਲੈਂਟਰ ਪਾ ਦਿੰਦਾ। ਅੱਲਾ ਨੇ ਤੇਰੀ ਕਬਰ ਬੁਲਟ ਪਰੂਫ ਬਣਾ ਦੇਣੀ ਸੀ, ਠੂਆ ਆਉਣਾ ਕੋਈ ਨਹੀਂ ਸੀ, ਜੰਨਤ ਦਾ ਬਾਗ ਬਣ ਜਾਣਾ ਸੀ। ਇਹ ਕੰਮ ਸਾਨੂੰ ਕਰਨੇ ਵੀ ਹੁਣ ਚਾਹ ਨਾ ਦੱਸਣ ਕਿ ਮੇਰੇ ਕਿਚਨ ਤੇ 5 ਲੱਖ ਲੱਗਾ। ਮੌਲਵੀ ਜੀ ਚੁੱਲ੍ਹਾ ਹੀ 1 ਲੱਖ ਦਾ ਆਇਆ, ਬੋਲੋ ਕਿੰਨੇ ਦਾ ਆਇਆ? ਚੁੱਲ੍ਹਾ ਚੁੱਲ੍ਹਾ ਹੀ ਸਿਆਫੀ ਬੋਲੋ ਤੇ ਸਹੀ ਜ਼ਰਾ। ਅਖਬਾਰੀਆਂ ਬੰਦਿਆਂ ਨੂੰ ਤੇ ਪਤਾ ਹੁੰਦਾ ਨਾ ਚੀਜ਼ਾਂ ਦਾ।